आज पठानकोट के गांव नौशहरा खुर्द में सरपंच मीना कुमारी की अध्यक्षता में गरीब लोगों ने जिला प्रशासन और डिप्पू होल्डर के खिलाफ जमकर रोष प्रदर्शन किया। बता दें कि गरीबों ने कहा है कि एक तो पहले से ही डिप्पू होल्डर उनके गांव से करीब 3-4 किलोमीटर दूरी पर हैं और ऊपर से जब वह डिप्पू होल्डर के पास राशन कार्ड लेकर गेहूँ लेने जाते हैं तो डिप्पू होल्डर उन्हें कुछ लोगों को गेहूँ देता है तो कुछ लोगों को यह कहकर टाल देता है कि गेहूँ कमाई है। गांव ने यह भी मांग उठाई है कि डिप्पू उनके गांव में ही होना चाहिए क्योंकि उन्हें दूसरे गांवों में जाने के लिए कई परेशानी का सामना करना पड़ता है। की नाम तो डकी समस्या आ रही है। मेरा नाम अनु बाला है, पिंड नौशहरा खुर्द है। सानू साडी समस्या ये है कि सानू काफी किलोमीटर का सफर तय करके होर पिंड विच जाने पैंदा पर्ची कटाने लई। ਅਸੀਂ 2-3 ਵਾਰ ਪਰਚੀ ਕਟਾਉਣ ਵਾਸਤੇ ਗਏ ਹਾਂ, 2-3 ਘੰਟੇ ਉੱਥੇ ਬਹਿਣਾ ਵੀ ਪੈਂਦਾ ਸਾਨੂੰ, ਪਰ ਫਿਰ ਵੀ ਸਾਡੀ ਪਰਚੀ ਨਹੀਂ ਕਟੋਈ ਜਾ ਰਹੀ। ਇਸ ਕਰਕੇ ਡਿਪੂ ਹੋਲਡਰ ਹੈ ਜਿਹੜਾ ਪਰਚੀ ਕੱਟਦਾ ਉਹਨੂੰ ਇੱਥੇ ਆਉਣਾ ਚਾਹੀਦਾ, ਜਾਂ ਤਾਂ ਪਰਚੀ ਕੱਟਣਾ ਆਉਣਾ ਚਾਹੀਦਾ ਜਾਂ ਫਿਰ ਡਿਪੂ ਸਾਡੇ ਪਿੰਡ ਵਿੱਚ ਆਉਣਾ ਚਾਹੀਦਾ। ਕੀ ਕਣਕ ਤੁਹਾਨੂੰ ਮਿਲੀ ਹੈ ਇਸ ਵਾਰੀ? ਸਾਨੂੰ ਇਸ ਵਾਰੀ ਕਣਕ ਨਹੀਂ ਮਿਲੀ, ਅਸੀਂ 3 ਵਾਰ ਗਏ ਹਾਂ, 3 ਵਾਰ 3-3 ਘੰਟੇ ਬੈਠ ਕੇ ਆਏ ਹਾਂ। ਸਾਨੂੰ ਸਮੱਸਿਆ ਹੁੰਦੀ ਹੈ ਜਾਣ ਦੀ ਕਿ ਅਸੀਂ ਉੱਥੇ ਘਰ ਵਿੱਚ ਕਦੀ ਕੋਈ ਜੈਕਸ ਨਹੀਂ ਵੀ ਹੁੰਦਾ, ਸਾਨੂੰ ਇਕੱਲੇ ਜਾਣੇ ਪੈਂਦਾ, ਇਸ ਕਰਕੇ ਸਾਨੂੰ ਬੜੀ ਦਿੱਕਤ ਆਉਂਦੀ ਹੈ। ਤੁਹਾਡੇ ਕੁਛ ਲੋਕਾਂ ਦਾ ਕਹਿਣਾ ਕਿ ਕਣਕ ਹਰ ਵਾਰੀ ਕੱਟੀ ਜਾਂਦੀ ਹੈ, ਕਈਆਂ ਨੂੰ ਮਿਲਦੀ ਨਹੀਂ ਤਕਰੀਬਨ, ਉਹ ਕੌਣ ਕੱਟ ਲਾਂਦਾ ਹੈ? ਇਹ ਡਿਪੂ ਹੋਲਡਰ ਹੀ ਲਗਾਉਂਦੇ ਆ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਵਿੱਚ ਡਿਪੂ ਹੋਏ, ਪਰਚੀ ਕੱਟਣ ਵਾਸਤੇ ਸਾਡੇ ਪਿੰਡ ਵਿੱਚ ਮਸ਼ੀਨ ਆਈ ਜਾਏ। ਪ੍ਰੋਟੈਸਟ ਕਰ ਰਹੇ ਹੋ, ਕਿਸ ਵਾਸਤੇ ਕਰ ਰਹੇ ਹੋ, ਕੀ ਪ੍ਰੋਬਲਮ ਹੈਗੀ? ਸਰ ਨਮਸਕਾਰ, ਮੈਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਕੱਲ੍ਹ ਅਸੀਂ ਸਾਨੂੰ ਨਾ ਡਿਪੂ ਹੋਲਡਰ ਨੇ ਕਿਹਾ ਸੀ ਕਿ ਪਰਚੀਆਂ ਕਟਵਾਉਣ ਨੂੰ ਆਓ, ਪਰਚੀਆਂ ਕਟਵਾਉਣ ਗਏ ਹਾਂ ਅਤੇ ਉਹਨਾਂ ਨੇ ਸਾਡੇ ਪਿੰਡ ਦੇ ਜਿਹੜੇ ਆ ਵਾਰਡ ਕਾਰਡ ਹੈਗੇ ਨੇ, ਵਾਰਡਾਂ ਕਾਰਡਾਂ ਦੇ ਵਿੱਚੋਂ ਉਹਨਾਂ ਨੇ ਜਿਹੜੀਆਂ ਪਰਚੀਆਂ ਕੱਟੀਆਂ ਨੇ 40 ਕਾਰਡ ਬੜੀ ਵੀ ਖਿੱਚ ਕੇ 40 ਕਾਰਡ ਹੋਣਗੇ, 40 ਵੀ ਮੈਨੂੰ ਉਮੀਦ ਆ ਵੀ 40 ਵੀ ਨਹੀਂ ਹੋਣਗੇ, 20-22 ਕਾਰਡਾਂ ਦੀ ਜਿਹੜੀ ਉਹਨਾਂ ਨੇ ਪਰਚੀ ਨਹੀਂ ਕੱਟੀ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਡਿਪੂ ਹੋਲਡਰ ਦਾ ਕਹਿਣਾ ਆ ਕਿ ਪੰਜਾਬ ਸਰਕਾਰ ਨੇ ਕੱਟ ਲਗਾਇਆ ਵੀ 11% ਇਹਨਾਂ ਨੇ ਕੱਟ ਲਗਾਇਆ, ਜੇ 11% ਦੇ ਹਿਸਾਬ ਨਾਲ ਵੀ ਜਾਣਾ ਹੋਵੇ ਤਾਂ ਵੀ ਸਾਡੇ ਪਿੰਡ ਦੇ 7 ਕਾਰਡ ਬਣਦੇ ਨੇ ਵੀ 100 ਕਾਰਡ ਦੇ ਵਿੱਚੋਂ 11 ਕਾਰਡ ਬਣਨਗੇ, ਅਤੇ ਜੇ ਮਤਲਬ ਵੀ ਅਸੀਂ ਵਾਰਡ ਕਾਰਡ ਨੇ ਵਾਟਾ ਕਾਰਡਾਂ ਦੇ ਵਿੱਚੋਂ 7 ਕਾਰਡ ਬਣਦੇ ਨੇ, ਉਹਨਾਂ ਨੇ 22-23 ਕਾਰਡ ਆ ਜਿਹੜੇ ਉਹਨਾਂ ਦੀਆਂ ਪਰਚੀਆਂ ਨਹੀਂ ਕੱਟੀਆਂ। ਇਸ ਕਰਕੇ ਲੋਕ ਸਵੇਰੇ ਇਕੱਠੇ ਹੋਏ ਨੇ ਕਿ ਮਤਲਬ ਵੀ ਇਹਨਾਂ ਨੇ ਸਾਡੀ ਮਤਲਬ ਵੀ ਸਾਨੂੰ ਕਿਸੇ ਨੂੰ ਕਣਕ ਨਹੀਂ ਦਿੱਤੀ ਤੇ ਇਹਨਾਂ ਨਾਲ ਸਾਨੂੰ ਮਤਲਬ ਆਲ ਮਟਾਲ ਕਰਕੇ ਗਰੀਬ ਪਰਿਵਾਰਾਂ ਦੇ ਕਾਰਡ ਬਣੇ ਹੁੰਦੇ, ਕਿਹਾ ਇਹ ਕੱਟ ਲੱਗਣੇ ਚਾਹੀਦੇ ਕਣਕ ਦੇ, ਜਦ ਪਿੱਛੋਂ ਸੈਂਟਰ ਵੱਲੋਂ ਪੂਰੀ ਕਣਕ ਆ ਰਹੀ ਹੈ। ਦੇਖੋ ਜੀ, ਸੈਂਟਰ ਵੱਲੋਂ ਕਣਕ ਆ ਰਹੀ ਹੈ ਤੇ ਇਹ ਕੱਟ ਲੱਗਣੇ ਨਹੀਂ ਚਾਹੀਦੇ ਵੀ ਜੇ ਕੱਟ ਲੱਗਦੇ ਆ, ਜੇ ਤੁਹਾਨੂੰ ਪਤਾ ਆ ਵੀ ਮਤਲਬ ਅਸੀਂ ਕੱਟ ਲਗਾਉਣਾ ਜਾਂ ਕਿਸ ਤਰ੍ਹਾਂ ਆ, ਸਾਰਿਆਂ ਨੂੰ ਡਿਵਾਈਡ ਕਰਕੇ ਕਣਕ ਦਿੱਤੀ ਜਾਏ ਵੀ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਜਾਏ, ਜਿਹੜੇ ਗਰੀਬ ਪਰਿਵਾਰ ਰਹਿ ਗਏ ਨੇ ਉਹ ਕਿੱਥੇ ਜਾਣਗੇ।